ਅਸਲਾਮੁਅਲੈਕੁਮ ਜੀ, ਉਮੀਦ ਕਰਦੇ ਹਾਂ ਜੀ ਸਾਰੇ ਵੱਲ ਹੋਸੋ। ਮੈਂ ਆਸਮ ਹੁਸੈਨ, ਤੁਸਾਂ ਤੱਕਣੇ ਹੋ ਗਏ ਜੀ ਦੇਸੀ ਕਸ਼ਮੀਰੀ। ਤਾਂ ਸਭ ਤੋਂ ਪਹਿਲੇ ਸਾਰੇ ਭੈਣ ਭਰਾਵਾਂ ਕੀ ਈਦ ਨੀ ਮੁਬਾਰਕ ਹੋਵੇ। ਜਿਹੜੇ ਜਿਹੜੇ ਬੰਦੇ ਅੱਜ ਈਦ ਕਰੀ ਰਹੇ, ਖਾਸ ਕਰ ਯੂਰਪ ਵਿੱਚ, ਅਰਬ ਮੁਲਕਾਂ ਵਿੱਚ, ਤਾਂ ਉਹਨਾਂ ਸਾਰੇ ਭੈਣ ਭਰਾਵਾਂ ਕੀ ਦਿੱਲੀ ਈਦ ਮੁਬਾਰਕ ਹੋਵੇ। ਤਾਂ ਅਸਾਂ ਵੀ ਜੁੜੇ ਹਾਂ ਜਨਾਬ। ਈਦ ਦੀ ਨਮਾਜ਼ ਹੈ ਇੱਕ 8:30 ਵਜੇ, ਤਾਂ ਦੂਸਰੀ ਨਮਾਜ਼ ਹੈ 9:30 ਵਜੇ। ਤਾਂ ਜੁੜੇ ਹਾਂ, ਈਦ ਦੀ ਨਮਾਜ਼ ਪੜ੍ਹਨੇ ਹਾਂ, ਤਾਂ ਫਿਰ ਮੁੜੀ ਦੱਸਾਂ ਕਿ ਬਾਕੀ ਪੱਛਣੇ ਆ ਘਰ, ਤੁਸੀਂ ਬਾਕੀ ਦੱਸਣੇ ਆ ਈਦ ਦੀਆਂ ਸਾਰਾ ਨਜ਼ਾਰਾ। ਲਓ ਜੀ, ਤੱਕ ਸਕਣੇ ਈਦ ਦੀ ਨਮਾਜ਼ ਪੜ੍ਹੀ ਆਏ ਹਾਂ ਜਨਾਬ। ਤਾਂ ਮੌਸਮ ਬੜਾ ਜ਼ਬਰਦਸਤ ਜਨਾਬ ਹੈ, ਤਾਂ ਆਈ ਜੋ ਜੁਲੇ ਹਾਂ, ਹੁਣ ਖਾਣਾ ਛਾਣਾ ਰੈਡੀ ਹੋਣਾ ਪਿਆ, ਨਾਲ ਸੰਗੀ ਉਹ ਵੀ ਦੱਸਣੇ ਆ, ਤਾਂ ਨਿੱਕੇ ਵੀ ਆਈ ਗਏ, ਤਾਂ ਦੱਸਣੇ ਆ ਨਿੱਕੇ ਖੇਡਣ ਪਏ ਲੱਗੇ ਹੋਏ। ਲਿਓ ਜੀ, ਤੱਕ ਸਕਣੇ ਜੀ, ਆ ਵੀਰਾ ਮਾਸ਼ਾਅੱਲਾ ਤਿਆਰ ਹੋਈ ਹੈ, ਆਪਣੇ ਪਾਪੇ ਆ ਰੂਨ ਚਾਹੀ ਹੈ। ਤੱਕ ਸਕਣੇ ਜਨਾਬ, ਪਿਆਜ਼ ਸ਼ਾਜ਼ ਕੱਟਣੇ ਆ ਪਏ ਲੱਗੇ ਪਏ, ਆਲੂ ਸ਼ਾਲੂ ਲੱਗੇ ਆ, ਤਾਂ ਸਮਾਨ ਤਿਆਰ ਹੋਈ ਰਿਹਾ ਹੋਇਆ ਈਦੀ ਵਾਸਤੇ ਸਾਰਾ ਕੁਝ। ਤਾਂ ਕਿਸੇ ਨੇ ਚਟਨੀ ਵੀ ਤਿਆਰ ਹੋ ਰਹੀ ਹੈ, ਤਾਂ ਕਿਸੇ ਨੇ ਚਟਨੀਆਂ ਵੀ ਰੰਗ ਕੱਢਿਆ ਆਪਣਾ ਰੰਗ, ਸੋਹਣਾ ਰੰਗ ਚਟਨੀ, ਥੋੜ੍ਹਾ ਜਿਹਾ ਦਹੀਂ ਹੋਰ ਬਣਿਆ, ਇਹ ਨਾ ਹੋਵੇ ਮਿਰਚਾਂ ਚਾਂ ਜ਼ਿਆਦਾ ਹੋਣ, ਇਹਦੀ ਸਹੀ ਧਨੀਆ ਨਹੀਂ ਹੈ ਚਟਨੀ ਸੀ। ਤਾਂ ਕਿਸੇ ਨੇ ਜੀ ਮਾਸ਼ਾਅੱਲਾ ਚਾਵਲ ਵੀ ਰੈਡੀ ਹੋ ਗਏ ਜੀ, ਵਿੱਚ ਚਿਕਨ ਪਿਆ ਚਾਵਲਾਂ ਵਿੱਚ, ਲਿਓ ਜੀ ਰੋਸਟ ਵੀ ਰੈਡੀ ਹੋ ਗਏ। ਤੁਸੀਂ ਪਤਾ ਰੋਸਟ ਹੈ ਸਪੈਸ਼ਲ ਈਦ ਦੀ, ਰੋਸਟ ਤਾਂ ਲਾਜ਼ਮੀ ਮੰਨੇ ਨੇ। ਤਾਂ ਤੱਕ ਸਕਦੇ ਹੋ ਜੀ, ਮੂੰਹ ਅਜੇ ਤਾਂ ਪਾਣੀ ਆਈ ਗਿਆ ਅਸਾਂ ਨੇ ਵੀ, ਤਾਂ ਤੁਸਾਂ ਨੇ ਵੀ ਵੇਚਣਾ ਹੋ ਸੀ ਪਿਆ ਲਾਜ਼ਮੀ। ਲਿਓ ਜੀ ਮਿੱਠੇ ਚਾਵਲ ਵੀ ਹੋ ਗਏ ਜੀ ਰੈਡੀ। ਤੱਕ ਸਕਦੇ ਹੋ ਜੀ, ਜ਼ਬਰਦਸਤ ਜਿਹਾ ਰੰਗ ਚੜਿਆ ਇਹਨਾਂ ਕੀ, ਇਹ ਪੀਲੇ ਰੰਗਾਂ ਦੇ ਚਾਵਲ ਜੀ ਬਣਾਏ। ਤੱਕ ਸਕਦੇ ਹੋ ਜੀ, ਇਹ ਜੀ ਚਿਕਨ ਪੀਸਿਸ ਨੂੰ ਫਰਾਈ ਕਰਨੇ ਆ ਪੇ ਲੱਗੇ ਵੇ ਇਹਨਾਂ ਕੀ, ਤਾਂ ਇਹ ਵੀ ਤੁਸੀਂ ਪਤਾ ਨਾਲ ਐਟਮ ਲਾਜ਼ਮੀ ਹੋਣਾ। ਲਿਓ ਜੀ ਜਨਾਬ, ਤੱਕ ਸਕਦੇ ਹੋ ਜੀ, ਕੁਰਬਾਨੀ ਵੀ ਆਏਗੀ, ਕੁਰਬਾਨੀ ਨਾਲ ਗੋਸ਼ਤ ਆਏਗਾ ਤਕਰੀਬਨ ਦਿਹਾੜੀ ਨਾਲ, ਆਹੇ ਅਸੀਂ ਨੇ 3:30-3:30 ਵਜੇ ਨਾਲ ਦੱਸਾਂ। ਤਾਂ ਇਹ ਤੱਕ ਸਕਦੇ ਹੋ ਜੀ, ਇਹ ਸਾਡਾ ਜਿਹੜਾ ਇੱਕ ਬੱਕਰਾ ਆਹੇ ਅਸੀਂ ਕੁਰਬਾਨੀ ਵਾਸਤੇ। ਤਾਂ ਤੱਕ ਸਕਦੇ ਹੋ ਮਾਸ਼ਾਅੱਲਾ ਜੀ, ਨਿੱਕੀਆਂ ਨਿੱਕੀਆਂ ਬੋਟੀਆਂ ਸੋਹਣੀਆਂ ਹੋਈਆਂ, ਤਾਂ ਹੁਣ ਇਹਨਾਂ ਦੀਆਂ ਬਣਾਸਾਂ ਬੰਨੀਆਂ ਛੰਡੀਆਂ, ਤਾਂ ਫਿਰ ਵੰਡਣੇ ਆ ਅੱਗੇ ਜਿਹੜੇ ਜਿਹੜੇ ਘਰਾਂ 'ਚ ਅੱਗੇ ਦੇਣਾ ਆ। ਤਾਂ ਤੱਕ ਸਕਦੇ ਜੀ, ਜ਼ਬਰਦਸਤ ਜਿਹਾ ਗੋਸ਼ਤ ਹੈ, ਤਾਂ ਅੱਲਾਹ ਬਰਕਤ ਪੈ। ਇਹ ਹੁਣ ਬੰਨੀਆਂ ਇਹਨਾਂ ਦੀਆਂ ਬਣਾਉਣੇ ਆ। ਜੀ ਰਾਤੀ ਨੇ 10:30 ਹੋਈ ਗਏ, ਤਾਂ ਤੱਕ ਸਕਦੇ ਉਸ ਸਮੇਂ ਜਿਹੜੇ ਯੰਗ ਲੋਕ ਨੇ, ਬੱਚੇ ਨੇ, ਉਹਨਾਂ ਨੇ ਬਾਅਦ ਰੋਡਾਂ ਗ੍ਰੇ ਆਟਰ ਰੋਡ ਵੀ ਬੰਦ ਕੀਤੀ ਹੈ ਪੁਲਿਸ ਵਾਲਿਆਂ, ਕਿਉਂਕਿ ਅਸੀਂ ਪਤਾ ਅਸੀਂ ਰੇਸਾਂ ਲਾਉਣੇ ਨੇ, ਐਕਸੀਡੈਂਟ ਹੋਣੇ ਨੇ ਕਾਫੀ ਜ਼ਿਆਦਾ। ਤਾਂ ਅਸਾਂ ਵਿੱਚ ਇਹ ਨਾ ਇਹ ਮਾਂ ਪਿਓ ਕੀ ਕਿ ਬੱਚਿਆਂ ਕੀ ਜ਼ਰਾ ਸਮਝਾਉਣ ਕਿ ਇਹਨਾਂ ਕੰਮਾਂ ਤੋਂ ਬਚੋ, ਲੇਕਿਨ ਦਿਹਾੜਾ ਦਿਹਾੜਾ ਇੱਥੇ ਤੁਸੀਂ ਪਤਾ ਐਕਸੀਡੈਂਟ ਕਾਫੀ ਜ਼ਿਆਦਾ ਹੋ ਰਹੀ ਨੇ ਇੱਥੇ। ਉਮੀਦ ਕਰਦੇ ਹਾਂ ਜੀ ਸਾਰੇ ਭੈਣ ਭਰਾਵਾਂ ਕੀ ਤੁਸੀਂ ਕਿ ਇਹ ਵੀਡੀਓ ਸਾਨੂੰ ਬੜੀ ਪਸੰਦ ਆਈ ਹੋਈ ਸੀ, ਤਾਂ ਅਸਮ ਹੁਸੈਨ ਕੀ ਦਿਓ ਇਜਾਜ਼ਤ, ਤਾਂ ਇਨਸ਼ਾਅੱਲਾ ਇੱਕ ਨਵੀਂ ਵੀਡੀਓ ਨਾਲ ਫਿਰ ਤੁਹਾਨੂੰ ਸਾਹਮਣੇ ਹਾਜ਼ਰ ਹੋ ਸਾਂ। ਅੱਲਾਹ ਹਾਫਿਜ਼।